ਇੰਡੀਆ ਨਿਊਜ਼ ਚੈਨਲ ਅਤੇ ਯੂਥ ਫਾਰ ਗਲੋਬਲ ਪੀਸ ਐਂਡ ਟਰਾਂਸਫਰਮੇਸ਼ਨ ਸੰਸਥਾ ਵੱਲੋਂ ਸਾਂਝੇ ਤੌਰ ਤੇ 21 ਫਰਵਰੀ ਨੂੰ ਖੂਨਦਾਨ ਕੈਂਪ ਅਮਨਦੀਪ ਮੈਡੀਸਿਟੀ ਹਸਪੀਟਲ ਨੋਵਲਟੀ ਚੌਂਕ ਮਾਲ ਰੋਡ ਵਿਖੇ ਲਗਾਇਆ ਜਾ ਰਿਹਾ ਹੈ, ਜਿਸ ਸੰਬੰਧ ਵਿੱਚ ਅੰਮ੍ਰਿਤਸਰ ਦੇ DCP ਜਗਮੋਹਨ ਸਿੰਘ ਵੱਲੋਂ ਸੰਸਥਾ ਅਤੇ ਨਿਊਜ਼ ਚੈਨਲ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਲੋਕਾਂ ਨੂੰ ਇਸ ਬਲੱਡ ਡੋਨੇਸ਼ਨ ਕੈਂਪ ਵਿੱਚ ਵੱਧ ਤੋਂ ਵੱਧ ਖੂਨਦਾਨ ਕਰਕੇ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ। 21 ਤਰੀਕ ਨੂੰ ਇੱਕ ਬਲੱਡ ਡੋਨੇਸ਼ਨ ਕੈਂਪ ਲੱਗ ਰਿਹਾ ਹੈਗਾ, ਜਿਹਦੇ 'ਚ YGPT ਵੱਲੋਂ ਅਤੇ ਲਿਵਿੰਗ ਇੰਡੀਆ ਵੱਲੋਂ ਲਵਾਇਆ ਜਾ ਰਿਹਾ। ਇਹ ਬੜਾ ਅੱਛਾ ਉਪਰਾਲਾ ਹੈਗਾ। ਕਈ ਵਾਰੀ ਬਹੁਤ ਹੀ ਕੀਮਤੀ ਜਾਨਾਂ ਜਿਹੜੀਆਂ ਬਲੱਡ ਦੀ ਕਮੀ ਕਰਕੇ ਚਲੇ ਜਾਂਦੀਆਂ ਹੈਗੀਆਂ, ਸਾਨੂੰ ਸਾਰਿਆਂ ਨੂੰ ਇਸ ਸੰਬੰਧ ਦੇ ਵਿੱਚ ਅੱਗੇ ਆਉਣਾ ਚਾਹੀਦਾ। ਇਹਦੇ ਨਾਲ ਜਿਹੜਾ ਹੈਗਾ ਕਈ ਵਾਰੀ ਬਹੁਤ ਹੀ ਕੀਮਤੀ ਜਾਨਾਂ ਦਾ ਜਿਹੜਾ ਬਚਾਅ ਹੋ ਜਾਂਦਾ ਹੈਗਾ। ਇਹ ਇੱਕ ਬੜਾ ਧਰਮ ਕਰਮ ਦਾ ਕੰਮ ਹੈ, ਸਾਨੂੰ ਸਾਰਿਆਂ ਨੂੰ ਹੀ ਇਸ ਦੇ ਵਿੱਚ ਜਿਹੜਾ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ। ਔਰ ਇੱਕ ਬੜੀ ਵੱਡੀ ਗਲਤ ਫਹਿਮੀ ਹੈਗੀ ਆ ਕਿ ਜਿਹੜਾ ਬਲੱਡ ਜਦੋਂ ਅਸੀਂ ਡੋਨੇਟ ਕਰ ਦਿੰਦੇ ਹਾਂ ਕੋਈ ਕਮਜ਼ੋਰੀ ਆ ਜਾਂਦੀ। ਮੈਨੂੰ ਪਹਿਲਾਂ ਵੀ ਇਹਨਾਂ ਵੱਲੋਂ ਸੱਦਾ ਪੱਤਰ ਆਇਆ ਸੀ, ਅਸੀਂ ਖੁਦ ਵੀ ਜਿਹੜਾ ਬਲੱਡ ਡੋਨੇਟ ਕੀਤਾ ਸੀਗਾ। ਮੈਂ ਸਾਰਿਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ, ਕਈ ਵਾਰੀ ਲੋਕ ਸੁਣੀਆਂ ਸੁਣਾਈਆਂ ਗੱਲਾਂ 'ਤੇ ਆ ਜਾਂਦੇ ਆ, ਬਿਲਕੁਲ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ। ਸਾਨੂੰ ਸਾਰਿਆਂ ਨੂੰ ਇਹ ਜਿਹੜਾ ਬੜਾ ਉੱਤਮ ਦਾਨ ਹੈਗਾ, ਸਾਨੂੰ ਇਸ ਕਰਕੇ ਸਾਰਿਆਂ ਨੂੰ ਜਿਹੜਾ ਹੈ ਇਸ ਕੈਂਪ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ। ਮੈਂ ਆਪਣੇ ਵੱਲੋਂ ਕਮਿਸ਼ਨਰ ਪੁਲਿਸ ਵੱਲੋਂ YGPT ਦਾ ਅਤੇ ਲਿਵਿੰਗ ਇੰਡੀਆ ਦਾ ਬੜਾ ਸ਼ੁਕਰ ਗੁਜ਼ਾਰ ਹਾਂ ਕਿ ਉਹ ਜਿਹੇ ਧਰਮ ਕਰਮ ਦੇ ਕੰਮਾਂ ਲਈ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਆ। ਥੈਂਕ ਯੂ।